ਸਤਿ ਸ਼੍ਰੀ ਅਕਾਲ ਜੀ, ਅਸੀਂ ਖੜ੍ਹੇ ਹਾਂ ਸ਼ੰਭੂ ਬੈਰੀਅਰ 'ਤੇ ਅਤੇ ਸਾਡੇ ਨਾਲ ਬਾਬਾ ਜੀ ਮੌਜੂਦ ਨੇ। ਪੁੱਛਦੇ ਹਾਂ ਕਿ ਅਗਲੀ ਕੀ ਰਣਨੀਤੀ ਹੈ, ਦਿੱਲੀ ਨੂੰ ਜਾਣਾ ਆ, ਇੱਥੇ ਹੀ ਬੈਠ ਕੇ ਫੈਸਲਾ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਨਾਮ ਸਿੰਘ, ਜ਼ਿਲ੍ਹਾ ਗੁਰਦਾਸਪੁਰ, ਪਿੰਡ ਚੂੜ ਚੱਕ ਤੋਂ ਆਪਾਂ ਹੁਣੇ ਇੱਥੇ ਸ਼ੰਭੂ ਪਹੁੰਚੇ ਹਾਂ। ਇੱਥੇ ਵੇਖਿਆ ਆਪਣੇ ਕਿਸਾਨ ਵੀਰਾਂ ਨੂੰ, ਸਾਡੇ ਬਜ਼ੁਰਗ ਵੀਰ ਬੜੇ ਸ਼ਾਂਤ ਨਾਲ ਬੈਠੇ ਆ। ਪਰ ਮੋਦੀ ਸਾਹਿਬ ਨੂੰ ਇਹ ਸੋਚ ਨਹੀਂ ਆ ਰਹੀ ਵੀ ਮੈਂ ਇਹਨਾਂ ਦੇ ਬਜ਼ੁਰਗਾਂ ਦਾ ਇੱਥੇ ਬੈਠਣ ਵਾਸਤੇ ਕਿਉਂ ਮੁਕਾਬਲਾ ਕਰ ਰਿਹਾ। ਮੈਂ ਆਪਣਾ ਪੈਸਾ ਜਿਹੜਾ ਸੁਣਾਵਾਂ, ਜੋ ਇਹਨਾਂ ਦਾ ਹੱਕ ਬਣਦੇ ਨੇ ਉਹਨੂੰ ਦਿੱਤੇ ਜਾਣ, MSP ਦੇ ਕਾਨੂੰਨ ਬਣਾਇਆ ਜਾਵੇ। ਕਿਸਾਨਾਂ ਨੂੰ ਕੋਈ ਲੋੜ ਨਹੀਂ ਆ ਸੜਕਾਂ 'ਤੇ ਬੈਠਣ ਦੀ, ਆਪਣੇ ਖੇਤਾਂ 'ਚ ਜਾ ਕੇ ਆਪਣਾ ਕੰਮ ਕਰਨ, ਆਪਣੇ ਘਰ ਆਪਣੇ ਬੱਚੇ ਵਿੱਚ ਬੈਠਣ ਜਾ ਕੇ। ਘਰਾਂ ਤੋਂ ਇੱਥੇ ਆ ਕੇ ਬੈਠਣਾ ਬਹੁਤ ਮੁਸ਼ਕਲ ਆ। ਅਸੀਂ ਕਹਿੰਦੇ ਜੋ ਪ੍ਰਸ਼ਾਸਨ ਆ, ਜੋ ਮੀਡੀਆ ਆਪਣੇ ਹੈਗੇ ਨੇ ਪ੍ਰਸ਼ਾਸਨ ਵਾਲੇ, ਜਾਂ ਮੋਦੀ ਸਾਹਿਬ ਜਾਂ ਖੱਟਰ ਸਾਹਿਬ, ਇੱਕ ਵਾਰੀ ਸੜਕ 'ਤੇ ਬਹਿ ਕੇ ਤਾਂ ਵੇਖੋ ਸਾਡੇ ਨਾਲ, ਭਾਵੇਂ 10 ਮਿੰਟ ਬੈਠ ਕੇ ਵੇਖੋ, ਤੁਹਾਨੂੰ ਪਤਾ ਲੱਗੇ ਵੀ ਕਿਵੇਂ ਕਿਸਾਨ ਇੱਥੇ ਸੜਕਾਂ 'ਤੇ ਬੈਠ ਕੇ ਰਾਤ ਨੂੰ ਠੰਡ ਵਿੱਚ ਕਿਵੇਂ ਬੈਠੇ ਨੇ। ਔਰ ਇਹਨਾਂ ਦੇ ਜਿਹੜੇ ਕਾਨੂੰਨ ਆ, ਇਹਨਾਂ ਦੇ ਜਿਹੜੇ ਹੱਕ ਬਣਦੇ ਆ, ਇਹਨਾਂ ਨੂੰ ਦਿੱਤੇ ਜਾਣ, ਮੈਂ ਤਾਂ ਇਹ ਬੇਨਤੀ ਕਰਾਂਗਾ। ਬਾਕੀ ਅਗਲੀ ਰਾਤ ਦੀ ਜੋ ਕੱਲ੍ਹ ਇੱਥੇ ਮੀਟਿੰਗ ਹੋਏਗੀ, ਉਹ ਮੀਟਿੰਗ ਵਿੱਚ ਦੱਸਿਆ ਜਾਏਗਾ ਵੀ ਮੋਦੀ ਸਾਹਿਬ ਵਾਲੇ ਹਾਂ ਕਰਦੇ ਆ ਅਤੇ ਨਾ ਕਰਦੇ ਆ। ਨਹੀਂ ਤਾਂ ਫਿਰ ਕਈ ਵਾਰੀ ਹੁੰਦਾ ਕਿ ਆਪਾਂ ਸਬਰ ਕਰਕੇ ਬਹੁਤ ਵੇਖ ਲਿਆ, ਸਾਨੂੰ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਵੀ ਨਹੀਂ, ਕਿਸੇ 'ਤੇ ਹਮਲਾ ਨਹੀਂ ਕਰਨਾ, ਕਿਸੇ ਨੂੰ ਕੁਛ ਨਹੀਂ ਕਹਿਣਾ, ਉਹਨੂੰ ਪਿਆਰ ਨਾਲ ਮਨਾਉਣਾ। ਫਿਰ ਜੇ ਸਬਰ ਨਾਲ ਨਹੀਂ ਮੰਨੇਗਾ ਤਾਂ ਫਿਰ ਜ਼ਬਰ ਕਰਨਾ ਵੀ ਸਾਨੂੰ ਆਉਂਦਾ, ਅਸੀਂ ਸਿੱਖਾਂ। ਆਪਣੀਆਂ ਕੀ ਮੰਗਾਂ ਨੇ? ਸਾਡੀਆਂ ਮੰਗਾਂ ਬਸ ਹੈ, ਸਾਡੀਆਂ ਫਸਲਾਂ 'ਤੇ MSP ਲਾ ਦੇਣ, ਜਿਹੜੀ ਸਾਡੀ ਬਣਦੀ ਹੈ ਇਹਦਾ ਸਵਾਮੀ ਦਾ ਆਪਣੇ ਕਾਨੂੰਨ ਜਿਹੜਾ ਉਹ ਲਾਗੂ ਕਰ ਦੇਣ। ਸਾਨੂੰ ਲੋੜ ਹੀ ਕੋਈ ਨਹੀਂ ਇੰਨਾ ਇੱਥੇ ਆਉਣ ਦੀ। ਸਾਡੇ ਦੇਖੋ ਵੀਰ ਸ਼ਹੀਦ ਹੋ ਗਿਆ, ਕਿੰਨੇ ਕਿੰਨੇ ਸੋਹਣੇ ਬੱਚੇ ਮਾਵਾਂ ਦੇ ਇਕੱਲੇ ਇਕੱਲੇ, ਉਹਨਾਂ ਨੂੰ ਇਹ ਹਰਿਆਣੇ ਦੀ ਸਰਕਾਰ, ਇਹ ਗੁੰਡਾ ਸਰਕਾਰ ਨੇ RSS ਦੇ ਬੰਦੇ ਲਿਆ ਕੇ ਵਿੱਚ ਪਾ ਕੇ ਉਹਨਾਂ ਨੂੰ, ਸਾਡੇ ਮੁੰਡਿਆਂ ਨੂੰ ਕੁਟਵਾਇਆ ਗਿਆ, ਉਹਨਾਂ ਨੂੰ ਕੁੱਟ ਕੇ ਬੋਰੀਆਂ 'ਚ ਪਾਇਆ ਗਿਆ, ਉਹਨਾਂ ਦਾ ਚੰਗਾ ਤਸੱਦਦ ਕੀਤਾ ਗਿਆ। ਬਾਅਦ ਵਿੱਚ ਵੀ ਜਾ ਕੇ ਉਹਨਾਂ ਨੇ ਹਸਪਤਾਲ ਵਿੱਚ ਜਾ ਕੇ ਰੋਤਕ ਉਹਨਾਂ ਨੂੰ ਬਹੁਤ ਮਾੜਾ ਉਹਦੇ ਨਾਲ ਵਰਤਾਰ ਕੀਤਾ। ਮੈਂ ਕਿਸਾਨ ਵੀਰਾਂ ਅਤੇ ਜਥੇ ਜਿਹੜੇ ਨੇ ਪਹੁੰਚ ਕਰਕੇ, ਸਿਰਸਾ ਸਾਹਿਬ ਨੇ ਬਹੁਤ ਪਹੁੰਚ ਕਰਕੇ ਹਾਈਕੋਰਟ 'ਚ ਜਾ ਕੇ ਵਕੀਲਾਂ ਨਾਲ ਏਕਾ ਕਰਕੇ ਹੜਤਾਲ ਕੀਤੀ ਵਕੀਲਾਂ ਨੇ, ਵੀ ਇਹ ਬਹੁਤ ਮਾੜਾ ਕੀਤਾ। ਉਹਨਾਂ ਦੇ ਆਰਡਰ ਲੈ ਕੇ ਉੱਥੋਂ ਜਾ ਕੇ ਸਿਰਸਾ ਸਾਹਿਬ ਨੇ, ਹੋਰ ਉੱਥੋਂ ਲੈ ਕੇ ਰੋਤਕ ਤੋਂ ਲਿਆ ਕੇ PGH ਉਹਨਾਂ ਲਿਆ ਕੇ ਬੱਚੇ ਨੂੰ ਦਾਖਲ ਕਰਾਇਆ। ਉਹਦੀ ਜਿਹੜੀ ਸਿਹਤ ਆ ਉਹ ਵੇਖਣ ਯੋਗ ਆ, ਔਰ ਵੇਖ ਕੇ ਸਰੀਰ ਕੰਬਦਾ ਵੀ ਉਹਨਾਂ ਨੇ ਇੰਨਾ ਤਸੱਦਦ ਕੀਤਾ, ਕੋਈ ਵੀ ਜਗ੍ਹਾ ਨਹੀਂ ਛੱਡੀ ਜਿੱਥੇ ਸੱਟ ਨਹੀਂ ਮਾਰੀ। ਸਿਰ ਵਿੱਚ ਮਾਰੀਆਂ, ਦੰਦ ਤੋੜ ਦਿੱਤੇ ਗਏ, ਚਮਾੜਾ ਤੋੜਿਆ ਪਿਆ, ਲੱਤ ਟੁੱਟੀ ਪਈ 3 ਜਗ੍ਹਾ ਤੋਂ, ਦੂਜੀ ਲੱਤ 'ਤੇ ਪਾਣੀ ਕਈ ਕੀ ਮਾਰ ਕੇ ਨਿਸ਼ਾਨ ਪਾਏ ਨੇ। ਉਹ ਬੱਚੇ ਦੀ ਬੜੀ ਅਕਾਲ ਪੁਰਖ ਨੇ ਕਿਰਪਾ ਕਰਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ, ਨਹੀਂ ਤਾਂ ਬਚਣ ਵਾਲੀ ਕੋਈ ਰਾਹ ਨਹੀਂ ਸੀ। ਅਸੀਂ ਇਹੋ ਹੀ ਕਹਿੰਦੇ ਹਾਂ ਮੋਦੀ ਸਾਹਿਬ, ਜੋ ਸਾਡੇ ਹੱਕ ਨੇ ਸਾਨੂੰ ਇੱਥੇ ਦੇ ਦਿਓ, ਸਾਨੂੰ ਦਿੱਲੀ ਜਾ ਕੇ ਕੀ ਲੈਣਾ ਆਪਾਂ, ਸਾਨੂੰ ਦਿੱਲੀ ਕੋਲ ਕੁਛ ਨਹੀਂ ਚਾਹੀਦਾ। ਜੇ ਮੰਗਾਂ ਇੱਥੇ ਪੂਰੀਆਂ ਜਾਂਦੇ ਫਿਰ ਦਿੱਲੀ ਨਹੀਂ ਜਾਣਾ, ਅਸੀਂ ਦਿੱਲੀ ਨਹੀਂ ਜਾਵਾਂਗੇ, ਅਸੀਂ ਇੱਥੋਂ ਹੀ ਵਾਪਸ ਹੋ ਜਾਵਾਂਗੇ, ਆਪਾਂ ਦਿੱਲੀ ਕੀ ਲੈਣ ਜਾਣਾ ਜੇ ਨਹੀਂ ਬਣੇਗਾ। ਲਗਾਤਾਰ ਮੀਟਿੰਗਾਂ ਚੱਲ ਰਹੀਆਂ, ਕੋਈ ਸਿੱਟਾ ਨਿਕਲਿਆ ਹਾਲੇ ਤੱਕ? ਨਹੀਂ ਜੀ ਨਹੀਂ, ਜਿਹੜੀਆਂ ਇਹ ਮੀਟਿੰਗਾਂ ਕਰਦੇ ਆ ਸਾਨੂੰ ਭਰਮਾਉਣਾ ਚਾਹੁੰਦੇ ਆ, ਪਰ ਕਿਸਾਨ ਜਿਹੜੇ ਆ ਉਹ ਇਹਦੇ ਦਾਖਲੇ ਨਹੀਂ ਆ ਸਕਦੇ, ਕਿਉਂ ਅਸੀਂ ਬਾਹਰ ਠੰਡਾਂ 'ਚ ਦਿਨ ਗੁਜ਼ਾਰੇ ਨੇ, ਉਹ ਆਪਣਾ ਹੱਕ ਲੈ ਕੇ ਹੀ ਰਵਾਂਗੇ। ਜੇ ਸਾਨੂੰ ਦਿੱਲੀ ਜਾਣਾ ਪਿਆ, ਹਰਿਆਣਾ ਸਰਕਾਰ ਜੋ ਮਰਜ਼ੀ ਕਰ ਲਏ, ਇਹਦੀਆਂ ਨੱਕ 'ਚ ਨਾਸਾਂ ਕਰਕੇ ਜਿਸ ਤਰ੍ਹਾਂ ਅਸੀਂ ਨੱਥ ਪਾ ਕੇ ਨਾ ਇੱਥੇ ਔਰੰਗਜ਼ੇਬ ਨੱਥ ਪਾ ਕੇ ਧੋਇਆ ਸੀ, ਸਿੱਖ ਫਿਰ ਇਸ ਤਰ੍ਹਾਂ ਹੀ ਕਰਨਗੇ ਹਰਿਆਣੇ ਵਾਲੇ ਖੱਟਰ ਨੂੰ, ਉਹਨੂੰ ਬਖਸ਼ਿਆ ਨਹੀਂ ਜਾਏਗਾ, ਜੋ ਮਰਜ਼ੀ ਸਾਡੇ ਨਾਲ ਕਰ ਲਏ। ਸ਼ਾਹ ਤੋਂ ਬਈ ਸਾਨੂੰ ਜਾਣ ਦਿਓ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਕਿਸੇ ਨੂੰ ਮਾੜਾ ਬੋਲਦੇ ਨਹੀਂ।
ਸਾਨੂੰ ਰਸਤਾ ਖੋਲ੍ਹ ਦਿਓ, ਸ਼ਾਂਤਮਈ ਜਾਣ ਦਿਓ। ਟਰੈਕਟਰ ਸਾਡਾ ਪਿਓ ਆ, ਸਾਡਾ ਜਿਹੜਾ ਟਰੈਕਟਰ ਪਿਓ ਆ, ਕਿਉਂ ਪਿਓ ਆ, ਅਸੀਂ ਉਹਦੇ ਨਾਲ ਹੀ ਸਭ ਕੁਛ ਕਰ ਰਹੇ ਹਾਂ। ਸਾਡਾ ਰਹਿਣ ਬਸੇਰਾ ਵੀ ਉਹਦੇ ਨਾਲ ਹੀ ਆ, ਸਾਡੀ ਖੇਤੀਬਾੜੀ ਵੀ ਉਹਦੇ ਨਾਲ ਆ। ਇਹ ਕਹਿੰਦੇ ਟਰੈਕਟਰ ਲੈ ਕੇ ਕਿਉਂ ਜਾਣਾ ਦਿੱਲੀ? ਅਸੀਂ ਟਰੈਕਟਰ ਆਪਣਾ ਨਾਲ ਲੈ ਕੇ ਜਾਵਾਂਗੇ, ਆਪਣਾ ਵਿੱਚ ਪਰਿਵਾਰ ਬਿਠਾਵਾਂਗੇ, ਉਹਨੂੰ ਕਵਰ ਕਰਕੇ ਵਿੱਚ ਆਪਣਾ ਸਾਰਾ ਸਿਲਸਿਲ ਨਾਲ ਲੈ ਕੇ ਜਾਵਾਂਗੇ। ਉੱਥੇ ਧੱਕੇ ਥੋੜ੍ਹੇ ਖਾਣੇ ਅਸੀਂ ਜਾ ਕੇ ਤੁਹਾਡੇ ਕੋਲੋਂ। ਜੇ ਤੁਸੀਂ ਨਹੀਂ ਮੰਨੋਗੇ ਤਾਂ ਫਿਰ ਆਪਾਂ ਜ਼ਬਰ ਨਹੀਂ, ਸਬਰ ਨਾਲ ਵੇਖਾਂਗੇ, ਸਬਰ ਨਹੀਂ ਕਰਦੇ ਫਿਰ ਜ਼ਬਰ ਨਾਲ ਕਰਕੇ ਵੇਖਾਂਗੇ ਤੁਸੀਂ ਕੀ ਕਰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਬੇਨਤੀ ਕਰਾਂ ਚੈਨਲ ਵੱਲੋਂ, ਵੱਧ ਤੋਂ ਵੱਧ